ਇਹ ਵੀਡੀਓ ਬਹੁਤ ਜ਼ਰੂਰੀ ਆ ਔਰ ਇਸ ਵੀਡੀਓ ਦੇ ਸ਼ੇਅਰ ਕਰਨ ਨਾਲ ਕਿਸੇ ਲੋੜਵੰਦ ਪਰਿਵਾਰ ਦਾ ਬਹੁਤ ਫਾਇਦਾ ਹੋ ਸਕਦਾ ਇਸ ਕਰਕੇ ਇਸ ਵੀਡੀਓ ਨੂੰ ਸੁਣਿਓ ਵੀ ਅਤੇ ਸ਼ੇਅਰ ਵੀ ਕਰਿਓ ਜੀ ਅੱਜ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਫੈਸਲਾ ਕੀਤਾ ਜਿਹੜੇ ਸਾਡੇ ਸਿੱਖ ਪਰਿਵਾਰ ਨੇ ਆਰਥਿਕ ਤੌਰ 'ਤੇ ਜਿਹੜੇ ਕਮਜ਼ੋਰ ਹੋ ਗਏ ਨੇ ਕੋਵਿਡ ਦੇ ਦੌਰਾਨ ਉਹਨਾਂ ਦੇ ਘਰ ਦਾ ਮੁਖੀਆ ਅਕਾਲ ਚਲਾਣਾ ਕਰ ਗਿਆ ਉਹਨਾਂ ਦੇ ਬੱਚਿਆਂ ਨੂੰ 12 ਸਾਲ ਤੱਕ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਫ੍ਰੀ ਪੜਾਊਗੀ ਬਿਲਕੁਲ ਫ੍ਰੀ ਪੜਾਊਗੀ ਔਰ ਨਾਲ ਹੀ ਜੇਕਰ ਉਹ ਬੱਚੇ ਕਿਸੇ ਹੋਰ ਸਕੂਲ 'ਚ ਵੀ ਪੜ੍ਹਦੇ ਨੇ ਉਹ ਦਿੱਲੀ ਕਮੇਟੀ ਦੇ ਸਕੂਲ 'ਚ ਲੈ ਕੇ ਆਉਂਦੇ ਨੇ ਫਿਰ ਵੀ ਉਹਨਾਂ ਨੂੰ ਅਸੀਂ ਫ੍ਰੀ ਪੜਾਵਾਂਗੇ ਐਸੇ ਪਰਿਵਾਰ ਜਿਨ੍ਹਾਂ ਦੀ ਬੇਟੀ ਵਿਆਹਣ ਵਾਲੀ ਆ ਪਿਤਾ ਦਾ ਸਾਇਆ ਉੱਠ ਗਿਆ ਕੋਵਿਡ ਦੌਰਾਨ ਉਸ ਬੱਚੀ ਨੂੰ 21,000 ਰੁਪਇਆ ਸਗਨ ਸਕੀਮ ਦਿੱਲੀ ਕਮੇਟੀ ਦਊਗੀ ਅਤੇ ਨਾਲ ਹੀ ਉਸ ਦਾ ਗੁਰੂ ਘਰ ਦੇ ਅੰਦਰ ਵਿਆਹ ਆਨੰਦ ਕਾਰਜ ਵਾਸਤੇ ਜਗ੍ਹਾ ਵੀ ਦਊਗੀ ਜਿਹੜਾ ਪਰਿਵਾਰ ਆਰਥਿਕ ਤੌਰ 'ਤੇ ਕੋਵਿਡ ਦੇ ਦੌਰਾਨ ਘਰ ਦਾ ਮੁਖੀਏ ਦੇ ਅਕਾਲ ਚਲਾਣੇ ਕਰਕੇ ਕਮਜ਼ੋਰ ਹੋ ਗਿਆ ਉਹਨਾਂ ਦੀ 2500 ਰੁਪਇਆ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਪੈਨਸ਼ਨ ਲਗਾਊਗੀ ਐਸੇ ਬੱਚੇ ਜਿਹੜੇ ਯੂਨੀਵਰਸਿਟੀ 'ਚ ਵੀ ਪੜ੍ਹਨਾ ਚਾਹੁੰਦੇ ਨੇ ਉਹਨਾਂ ਨੂੰ ਚਾਰੇ ਕਾਲਜਾਂ ਅੰਦਰ ਵੀ ਮੁਫ਼ਤ ਅੰਦਰ ਪੜ੍ਹਾਇਆ ਜਾਏਗਾ ਔਰ ਜਿੰਨੇ ਦਿੱਲੀ ਦੇ ਰਾਗੀ ਢਾਡੀ ਕੀਰਤਨੀਏ ਔਰ ਖੰਡ ਪਾਠ ਸਾਹਿਬ ਅਤੇ ਭਾਈ ਸਾਹਿਬ ਨੇ ਜਿਨ੍ਹਾਂ ਦਾ ਰੋਜ਼ਗਾਰ ਖੁੱਸ ਗਿਆ ਇਸ ਦੌਰਾਨ ਉਹਨਾਂ ਦੀ ਆਰਥਿਕ ਅਮਦਾਦ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕਰੂਗੀ ਉਹਨਾਂ ਦੇ ਘਰ ਚਲਾਉਣ ਵਾਸਤੇ ਔਰ ਘਰ ਚਲਾਉਣ ਵਾਸਤੇ ਜਿੱਥੇ ਰਸਦਾਂ ਦੀ ਲੋੜ ਆ ਉਹ ਰਸਦਾਂ ਵੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇਊਗੀ ਇਹ ਇੱਕ ਬਹੁਤ ਵੱਡਾ ਇਤਿਹਾਸਿਕ ਫੈਸਲਾ ਹੈ ਮੈਂ ਸਮਝਦਾ ਅੱਜ ਸਾਰੀਆਂ ਗੁਰਦੁਆਰਾ ਕਮੇਟੀਆਂ ਨੂੰ ਇਹ ਗੱਲ ਸੋਚਣ ਦੀ ਲੋੜ ਆ ਕਿ ਜੇਕਰ ਸਾਡੇ ਰਾਗੀ ਢਾਡੀ ਕੀਰਤਨੀਆਂ ਹੀ ਸੜਕਾਂ 'ਤੇ ਨੇ ਅਤੇ ਮੈਨੂੰ ਲੱਗਦਾ ਕਿ ਸਾਡੀਆਂ ਸੇਵਾ ਕੀਤੀਆਂ ਕੋਈ ਪ੍ਰਵਾਨ ਨਹੀਂ ਹੋਣਗੀਆਂ ਜੇਕਰ ਸਾਡੇ ਉਹ ਸਿੱਖ ਬੱਚੇ ਜਿਨ੍ਹਾਂ ਨੂੰ ਗੁਰੂ ਘਰਾਂ 'ਤੇ ਬੜੀਆਂ ਉਮੀਦਾਂ ਨੇ ਉਹਨਾਂ ਦੇ ਘਰ ਦਾ ਸਿਰ ਮੁਖੀਆ ਚਲੇ ਗਿਆ ਔਰ ਉਹਨਾਂ ਦੀ ਫੀਸ ਦੇਣ ਵਾਸਤੇ ਪੈਸੇ ਨਹੀਂ ਉਹ ਪੜ੍ਹ ਨਾ ਸਕੇ ਅਤੇ ਸਾਡੀਆਂ ਸੇਵਾਵਾਂ ਕਰਨ ਦਾ ਕੋਈ ਫਾਇਦਾ ਲਾਭ ਨਹੀਂ ਹੋਊਗਾ ਜੇਕਰ ਉਹ ਬੱਚੀਆਂ ਵਿਆਹ ਖੁਣੋ ਤੜਪਦੀਆਂ ਰਹੀਆਂ ਜਿਨ੍ਹਾਂ ਦੇ ਪਿਤਾ ਦਾ ਸਾਇਆ ਉੱਠ ਗਿਆ ਅਤੇ ਮੈਨੂੰ ਨਹੀਂ ਲੱਗਦਾ ਕਿ ਐਸੀ ਸੇਵਾ ਪ੍ਰਵਾਨ ਹੋਊਗੀ ਇਸ ਕਰਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਡੇ ਸਾਰੇ ਮੈਂਬਰ ਸਾਹਿਬਾਨਾਂ ਨੇ ਇਸ ਫੈਸਲਾ ਲਿਆ ਹੈ ਕਿ ਜਿੰਨਾ ਮਰਜ਼ੀ ਆਰਥਿਕ ਤੌਰ 'ਤੇ ਪੈਸਾ ਲੱਗੇ ਪਰ ਦਿੱਲੀ ਦਾ ਸਾਡਾ ਸਿੱਖ ਪਰਿਵਾਰ ਇਸ ਗੱਲ ਦਾ ਮਜਬੂਰ ਨਹੀਂ ਹੋਣਾ ਚਾਹੀਦਾ ਕਿ ਉਹਦੇ ਬੱਚੇ ਨਾ ਪੜ੍ਹ ਸਕਣ ਉਹਦੀ ਬੇਟੀ ਦਾ ਵਿਆਹ ਨਾ ਹੋ ਸਕੇ ਇਹਦਾ ਸਾਰਾ ਜ਼ਿੰਮੇਵਾਰ ਜਿਹੜਾ ਹੈ ਉਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਚੁੱਕੂਗੀ ਇਸ ਕਰਕੇ ਵੀਡੀਓ ਨੂੰ ਸ਼ੇਅਰ ਕਰਿਓ ਜੇ ਔਰ ਨਾਲ ਇੱਕ ਗੱਲ ਹੋਰ ਦੱਸ ਦਈਏ ਜਿਹੜੇ ਸਾਡਾ 125 ਬੈੱਡ ਦਾ ਹਸਪੀਟਲ ਬਣਨ ਜਾ ਰਿਹਾ 7 ਅਗਸਤ ਨੂੰ ਓਪਨਿੰਗ ਕਰਨ ਜਾ ਰਹੇ ਉਹਦੀ ਜਿਹੜੀ ਸਿੰਘ ਸਭਾ ਉੱਥੇ ਲਿਖ ਕੇ ਭੇਜੂਗੀ ਉੱਥੇ 50% ਮਰੀਜ਼ ਦਾ ਜ਼ਰੂਰਤਮੰਦ ਮਰੀਜ਼ ਨੂੰ 50% ਕਨਸੈਸ਼ਨ 'ਤੇ ਇਲਾਜ ਕੀਤਾ ਜਾਏਗਾ ਔਰ ਜਿਹੜੀ ਸਿੰਘ ਸਭਾ ਲਿਖ ਕੇ ਭੇਜੂਗੀ MRI ਅਤੇ CT ਸਕੈਨ ਮੁਫ਼ਤ ਅੰਦਰ ਕੀਤਾ ਜਾਊਗਾ ਵੀਡੀਓ ਸ਼ੇਅਰ ਕਰਿਓ ਜੀ ਬੋਲੇ ਸੋਨਿਆ।